ਮੈਂ ਇੱਕ ਮੁੱਦਾ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਆਪਾਂ ਇੰਟਰਵਿਊ ਹੋਈ ਸੀ ਜੇ ਮੈਂ ਜਾਨਵਰਾਂ ਦੇ ਹੱਕ ਲਈ ਲੜ ਸਕਦੀ ਆ ਜੇ ਮੈਂ ਗਰੀਬ ਲੋਕਾਂ ਦੇ ਹੱਕ ਲਈ ਲੜ ਸਕਦੀ ਆ ਇਹ ਲੜਾਈ ਮੇਰੇ ਘਰ ਦੀ ਹੈ ਮੈਂ ਆਪਣੇ ਪਿਓ ਦੇ ਹੱਕ ਲਈ ਵੀ ਲੜ ਸਕਦੀ ਆ ਇਹ ਸਾਨੂੰ ਪਤਾ ਤੁਹਾਡੇ ਫਾਦਰ ਸਾਹਿਬ ਦੀਆਂ ਦੋ ਮੈਰਿਜ ਸੀ ਉਸ ਤੋਂ ਬਾਅਦ ਉਹ ਫਰੀਦਕੋਟ ਚਲੇ ਗਏ ਜੀ ਤੁਹਾਡੇ ਨਾਲ ਇੱਥੇ ਕੋਈ ਵਾਅ ਵਾਸਤਾ ਨਹੀਂ ਜੀ ਫਿਰ ਤੁਸੀਂ ਕਿਸਤੇ ਕਿਸੇ ਤੇ ਕਿਉਂ ਰੋਪ ਲਗਾ ਰਹੇ ਹੋ ਜャ ਤੁਹਾਡੇ ਨਾਲ ਉਹਨਾਂ ਦਾ ਕੋਈ ਆਉਣ ਜਾਣ ਨਹੀਂ ਸੀ ਰਹਿਣ ਨਹੀਂ ਸੀ ਕਿਉਂ ਲਜਾਂਦਾ ਮੈਂ ਇਹ ਹੀ ਦੱਸਣਾ ਚਾਹੁੰਦੀ ਕਿ ਮੇਰੇ ਪਿਤਾ ਦੀ ਮੌਤ ਸਵਾਭਿਕ ਨਹੀਂ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇੱਕ ਪਲੈਨਿੰਗ ਹੈ ਇੱਕ ਪਲਾਨਡ ਮੇਰੇ ਪਿਤਾ ਨੂੰ ਅਸੀਂ ਫੋਨ ਕਰਦੇ ਸੀ ਫੋਨ ਪਾਇਆ ਜਾਂਦਾ ਸੀ ਬਲੌਕ ਤੇ ਜਿਸ ਕਰਕੇ ਉਹਨਾਂ ਨਾਲ ਸਾਡਾ ਬਾਰਤਲਬ ਘਟ ਗਿਆ ਉਸ ਤੋਂ ਬਾਅਦ ਮੇਰੇ ਪਿਤਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਫੋਨ ਤੋਂ ਸਾਨੂੰ ਫੋਨ ਕਰਕੇ ਸਾਡੇ ਨਾਲ ਕਨਵਰਸੇਸ਼ਨ ਕਰਦੇ ਹੁੰਦੇ ਸੀ ਬੇਟਾ ਆ ਤੁਸੀਂ ਠੀਕ ਹੋ ਮੈਂ ਤੁਹਾਨੂੰ ਮਿਲਣਾ ਮੇਰੇ ਫਾਦਰ ਨਾਲ ਸਾਡਾ ਬਹੁਤ ਅੱਛਾ ਸਹਿਚਾਰ ਸੀ ਇਹ ਕੌਣ ਕਹਿ ਰਿਹਾ ਇਹ ਵੀ આરોਪ ਹੈ ਸਾਡੇ ਤੇ ਜਿਹੜਾ ਲਾਇਆ ਜਾ ਰਿਹਾ ਕਿ ਸਾਡਾ ਉਹਨਾਂ ਨਾਲ ਕੋਈ ਸਬੰਧ ਹੀ ਨਹੀਂ ਸੀ ਜਦੋਂ ਕੋਈ ਰਾਜ ਐਕਸੀਡੈਂਟ ਹੋ ਜਾਂਦਾ ਉਹਦੀ ਫੋਨ 'ਚੋਂ ਆਈਡੀ ਕੱਢੀ ਜਾਂਦੀ ਹੈ ਉਹਦੇ ਘਰੇ ਫੋਨ ਕਰਕੇ ਦੱਸਿਆ ਜਾਂਦਾ ਵੀ ਫਲਾਨੇ ਰੋਡ ਤੇ ਤੁਹਾਡਾ ਬੰਦਾ ਪੂਰਾ ਹੋ ਗਿਆ ਪੂਰੀ ਰਾਤ ਉਹਦੇ ਘਰਦਿਆਂ ਨੂੰ ਲੱਭਿਆ ਜਾਂਦਾ ਰਮਲਾ ਸਾਹਿਬ ਜੀ ਦੇ ਤਾਂ ਦੋ ਪਰਿਵਾਰ ਸੀ ਉਹਨਾਂ ਵਿੱਚੋਂ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਨੂੰ ਮੇਰੇ ਫਾਦਰ ਤੋਂ ਇਹਨਾਂ ਨੇ ਸਭ ਕੁਝ ਲੈ ਲਿਆ ਧੱਕੇ ਨਾਲ ਲੈ ਲਿਆ ਸਾਰਾ ਕੁਝ ਲੈ ਲਿਆ ਤੇ ਸਪਾਦਰ ਦੀ ਇੰਨੀ ਕਿ ਸੇਵਾ ਕੀਤੀ ਕਿ ਉਹਨਾਂ ਨੂੰ ਸਿਵੇ ਤੱਕ ਪਹੁੰਚਾਤਾ ਤੇ ਸਾਨੂੰ ਥਾਣੇ ਤੱਕ ਪਹੁੰਚਾ ਦਿੱਤਾ ਅਸੀਂ ਅੱਜ ਗੱਲ ਕਰਾਂਗੇ ਇਹ ਵਿਸ਼ਵ ਪ੍ਰਸਿੱਧ ਲੋਕ ਗਾਇਕ ਕਰਤਾਰ ਰਮਲਾ ਜੀ ਦੀ ਕਰਤਾਰ ਰਮਲਾ ਜੀ ਦੀ 18/3/2020 ਨੂੰ ਜਿਹੜੀ ਮੌਤ ਹੋ ਗਈ ਸੀ ਕੀ ਮੌਤ ਦਾ ਕਾਰਨ ਕੀ ਸੀ ਇਸ ਤੇ ਉਹਨਾਂ ਦੀ ਬੇਟੀ ਮੈਂਡੀ ਸੰਧੂ ਮਨਦੀਪ ਕੌਰ ਨੇ ਕਈ ਸਵਾਲੀਆ ਨਿਸ਼ਾਨ ਖੜੇ ਨੇ ਤੇ ਉਹਨਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਆ ਸਾਡੇ ਨਾਲ ਨੇ ਮੈਂਡੀ ਸੰਧੂ ਗੱਲ ਕਰਾਂਗੇ ਕਰਤਾਰ ਰਮਲਾ ਜੀ ਦੇ ਜੀਵਨ ਤੇ ਤੇ ਕੀ ਇਹ ਜਿਹੜਾ ਕਿਸ ਤਰ੍ਹਾਂ ਇਹ ਮੋੜ ਆਇਆ ਕਿ ਸਾਰੀ ਕਹਾਣੀ ਉਹਨਾਂ ਤੋਂ ਸੁਣਦੇ ਆ ਮੈਂਡੀ ਸੰਧੂ ਜੀ ਤੇ ਮੈਂਡੀ ਜੀ ਕੀ ਕਹਿਣਾ ਚਾਹੁੰਦੇ ਸਾਰਾ ਮਾਮਲਾ ਸਾਰਾ ਸਸੀ ਕਾਲ ਜੀ ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਅਕਸਰ ਸੱਚਾਈ ਨੂੰ ਸਾਹਮਣੇ ਲੈ ਕੇ ਆਉਂਦੇ ਹੋ ਮੈਂ ਇੱਕ ਮੁੱਦਾ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਆਪਾਂ ਇੰਟਰਵਿਊ ਹੋਈ ਸੀ ਜੇ ਮੈਂ ਜਾਨਵਰਾਂ ਦੇ ਹੱਕ ਲਈ ਲੜ ਸਕਦੀ ਆ ਜੇ ਮੈਂ ਗਰੀਬ ਲੋਕਾਂ ਦੇ ਹੱਕ ਲਈ ਲੜ ਸਕਦੀ ਆ ਇਹ ਲੜਾਈ ਮੇਰੇ ਘਰ ਦੀ ਹੈ ਮੈਂ ਆਪਣੇ ਪਿਓ ਦੇ ਹੱਕ ਲਈ ਵੀ ਲੜ ਸਕਦੀ ਆ ਮੈਂ ਉਹਨਾਂ ਦਾ ਖੂਨ ਆ ਮੈਂ ਉਹਨਾਂ ਦੀ ਧੀ ਆ ਮੈਂ ਚੌਨੀ ਆ ਜਿਹੜੇ ਲੋਕ ਨਵਜੋਤ ਰਾਣੀ ਜੀ ਦੀਆਂ ਗੱਲਾਂ ਚਾਕੇ ਮੂਰਖ ਬਣ ਰਹੇ ਨੇ ਉਹਨਾਂ ਦੀਆਂ ਅੱਖਾਂ ਤੋਂ ਮੈਂ ਪਰਦਾ ਲਾਉਣਾ ਚਾਹੁੰਦੀ ਆ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਮੇਰੇ ਪਿਤਾ ਦੀ ਮੌਤ ਸਵਾਭਿਕ ਨਹੀਂ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇੱਕ ਪਲੈਨਿੰਗ ਹੈ ਇੱਕ ਪਲਾਨਡ ਮਰਡਰ ਕਿਸ ਤਰ੍ਹਾਂ ਮੰਡੀ ਜੀ ਕਹਿ ਰਹੇ ਹੋ ਜਿਸ ਤਰ੍ਹਾਂ ਨਾਲ ਪਹਿਲਾਂ ਵੀ ਅਸੀਂ ਸਾਨੂੰ ਪਤਾ ਤੁਹਾਡੇ ਫਾਦਰ ਸਾਹਿਬ ਦੀਆਂ ਦੋ ਮੈਰਿਜ ਸੀ ਉਸ ਤੋਂ ਬਾਅਦ ਉਹ ਫਰੀਦਕੋਟ ਚਲੇ ਗਏ ਜੀ ਤੁਹਾਡੇ ਨਾਲ ਇੱਥੇ ਕੋਈ ਵਾਅ ਵਾਸਤਾ ਨਹੀਂ ਜੀ ਫਿਰ ਤੁਸੀਂ ਕਿਸ ਤੇ ਕਿਸੇ ਤੇ ਕਿਉਂ ਰੋਪ ਲਗਾ ਰਹੇ ਹੋ ਜਦ ਤੁਹਾਡੇ ਨਾਲ ਉਹਨਾਂ ਦਾ ਕੋਈ ਆਉਣ ਜਾਣ ਨਹੀਂ ਸੀ ਰਹਿਣ ਨਹੀਂ ਸੀ ਕਿਉਂ ਇਲਜ਼ਾਮ ਲਗਾਉਂਦਾ ਪਹਿਲੀ ਗੱਲ ਧੀਆਂ ਵਿਆਹ ਕੇ 7-8 ਸਾਲ ਪੀਆਰ ਤੋਂ ਬਾਅਦ ਆਉਂਦੀਆਂ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਪਿਓ ਧੀ ਦੀ ਸਾਹਮਣੇ ਮੁੱਕ ਜਾਂਦੀ ਹੈ ਮੇਰੇ ਮੇਰੇ ਪਿਤਾ ਮੈਂ ਆਪਣੇ ਪਿਤਾ ਦੇ ਬਹੁਤ ਕਰੀਬ ਹਾਂ ਕਰੀਬ ਸੀ ਤੇ ਕਰੀਬ ਰਹੂੰਗੀ ਮੇਰੇ ਫਾਦਰ ਮੇਰੇ ਲਈ ਅੱਜ ਵੀ ਮੇਰੀਆਂ ਯਾਦਾਂ 'ਚ ਜ਼ਿੰਦਾ ਨੇ ਇਹ ਕੌਣ ਕਹਿ ਰਿਹਾ ਕਿ ਅਸੀਂ ਉਹਨਾਂ ਨੂੰ ਮਿਲਦੇ ਨਹੀਂ ਸੀ ਮੈਂ ਇਹ ਕੁਐਸਚਨ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਕੁਐਸਚਨ ਚੱਕਿਆ ਹੈ ਕੀ ਅਸੀਂ ਮਿਲਦੇ ਨਹੀਂ ਸੀ ਕੀ ਪ੍ਰੂਫ ਹੈ ਸਾਡੇ ਫਾਦਰ ਨਾਲ ਸਾਡੀ ਨਹੀਂ ਸੀ ਬੰਦੀ ਕੀ ਪ੍ਰੂਫ ਹੈ ਇੱਕ ਪਿਓਤੀ ਦਾ ਰਿਸ਼ਤਾ ਸਭ ਤੋਂ پاک ਤੇ ਪਵਿੱਤਰ ਰਿਸ਼ਤਾ ਹੁੰਦਾ ਜੋ ਕਿ ਨਾ ਕਿਸੇ ਦੇ ਕਹਿਣ ਤੇ ਟੁੱਟਣਾ ਨਾ ਕਿਸੇ ਦੇ ਕਹਿਣ ਤੇ ਜੁੜਨਾ ਮੈਂ ਤਹੇ ਦਿਲੋਂ ਆਪਣੇ ਪਿਤਾ ਨਾਲ ਜੁੜੀ ਹੋਈ ਸੀ ਸਾਡੇ ਪਿਤਾ ਦੇ ਸਾਨੂੰ ਪੂਰੇ ਅਪਡੇਟ ਪਤਾ ਸੀ ਕਿੱਥੇ ਕੀ ਕਰਨੇ ਸਾਨੂੰ ਦੱਸ ਕੇ ਕਰਦੇ ਸੀ ਮੇਰੇ ਪਿਤਾ ਨੂੰ ਅਸੀਂ ਫੋਨ ਕਰਦੇ ਸੀ ਫੋਨ ਪਾਇਆ ਜਾਂਦਾ ਸੀ ਬਲੌਕ ਤੇ ਜਿਸ ਕਰਕੇ ਉਹਨਾਂ ਨਾਲ ਸਾਡਾ ਵਾਰਤਾਲਾਪ ਘਟ ਗਿਆ ਉਸ ਤੋਂ ਬਾਅਦ ਮੇਰੇ ਪਿਤਾ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਫੋਨ ਤੋਂ ਸਾਨੂੰ ਫੋਨ ਕਰਕੇ ਸਾਡੇ ਨਾਲ ਕਨਵਰਸੇਸ਼ਨ ਕਰਦੇ ਹੁੰਦੇ ਸੀ ਬੇਟਾ ਆ ਤੁਸੀਂ ਠੀਕ ਹੋ ਮੈਂ ਤੁਹਾਨੂੰ ਮਿਲਣਾ ਨਾ ਸਾਡਾ ਬਹੁਤ ਅੱਛਾ ਸਹਿਚਾਰ ਸੀ ਇਹ ਕੌਣ ਕਹਿ ਰਿਹਾ ਇਹ ਵੀ આરોਪ ਹੈ ਸਾਡੇ ਤੇ ਜਿਹੜਾ ਲਾਇਆ ਜਾ ਰਿਹਾ ਕਿ ਸਾਡਾ ਉਹਨਾਂ ਨਾਲ ਕੋਈ ਸਬੰਧ ਹੀ ਨਹੀਂ ਸੀ ਮੰਡੀ ਜੀ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਉਹਨਾਂ ਦੀ ਡੈਥ ਨੂੰ ਤੇ ਤੁਸੀਂ ਹੁਣੇ ਆਵਾਜ਼ ਚੱਕ ਰਹੇ ਹੋ ਕਿਤੇ ਕਿਸੇ ਪ੍ਰਾਪਰਟੀ ਦਾ ਬਾਦ ਜਿਹੜਾ ਹੈਗਾ ਕਿਤੇ ਉਸ ਮਾਮਲੇ ਨੂੰ ਲੈ ਕੇ ਜਾਂ ਕੀ ਮਾਮਲਾ ਕਾਰਨ ਹੈਗਾ ਜਿਹੜਾ ਹੁਣ ਤੁਸੀਂ ਅੱਗੇ ਆਏ ਹੋ ਮੇਰੇ ਫਾਦਰ ਦੀ ਡੈਥ 18 ਮਾਰਚ 2020 ਨੂੰ ਹੋ ਰਹੀ ਹੈ ਮੈਂ ਇੱਕ ਪ੍ਰਸ਼ਨ ਪੁੱਛਣਾ ਚਾਹੂੰਗੀ ਮੇਰੇ ਪਾਪਾ ਦੇ ਫੈਨਸ ਤੋਂ ਮੈਂ ਸਾਰੀ ਦੁਨੀਆ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਹੇ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਅੱਜ ਦੀ ਡੇਟ 'ਚ ਮੈਨੂੰ ਇੰਨੇ ਮੈਸੇਜਸ ਇੰਨੀਆਂ ਕਾਲਸ ਇੰਨੀ ਸਿੰਪਥੀ ਆ ਰਹੀ ਹੈ ਇਹਨਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਤਹੇ ਦਿਲੋਂ ਧੰਨਵਾਦ ਜਿਹੜੇ ਇੱਕ ਦੋ ਬੰਦੇ ਨੇ ਜਿਹੜੇ ਨਹੀਂ ਤੁਹਾਨੂੰ ਪਤਾ ਹਰ ਤਰ੍ਹਾਂ ਦੀ ਬੁੱਧੀ ਦੇ ਲੋਕ ਹੁੰਦੇ ਨੇ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਉਹ ਜੋ ਕਹ ਰਹੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ 3 ਮਹੀਨੇ ਕਹ ਰਿਹਾ 4 ਮਹੀਨੇ ਕਹ ਰਿਹਾ ਕੋਈ ਪ੍ਰੋਬਲਮ ਨਹੀਂ ਮੈਂ ਅਗ ਸੁਸ਼ਾਂਤ ਸਿੰਘ ਰਾਜਪੂਤ ਦਾ ਮਰਡਰ ਕਰਕੇ ਉਹਨੂੰ ਸੂਸਾਈਡ ਬਣਾ ਦਿੱਤਾ ਗਿਆ। ਕਿ ਉਹਦੇ ਘਰ ਵਾਲੇ 6 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਉਹਦੇ ਇਨਸਾਫ ਦੀ ਗੁਹਾਰ ਨਹੀਂ ਲਗਾਉਣਗੇ। ਇਟਸ ਨੈਵਰ ਟੂ ਲੇਟ। ਪ੍ਰੋਬਲਮ ਕੀ ਹੋਈ 18 ਮਾਰਚ ਨੂੰ ਮੇਰੇ ਪਾਪਾ ਦਾ ਦੇਹਾਂਤ ਹੁੰਦਾ ਜੋ ਕਿ ਰਾਣੀ ਆਂਟੀ ਨੇ ਸਾਨੂੰ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਸਾਨੂੰ ਕਾਲ ਨਹੀਂ ਕੀਤੀ। ਸਭ ਤੋਂ ਵੱਡਾ ਕਲੂ ਤਾਂ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਉਹਨਾਂ ਨੇ ਕਿਉਂ ਛੁਪਾਇਆ ਕਿ ਮੇਰੇ ਪਿਤਾ ਦੀ ਤਬੀਅਤ ਤੇ ਗੰਭੀਰ ਹਾਲਤ ਹੈ। ਅਸੀਂ ਕਾਲ ਕਰਨੀ ਸੀ ਸਕਦੇ ਸਾਨੂੰ ਕਿਹੜੇ ਸੁਪਨੇ ਆਉਂਦਾ ਸਾਡੇ ਪਾਪਾ ਬਿਮਾਰ ਨੇ ਜਾਂ ਢਿੱਲੇ ਨੇ। ਉਹਨਾਂ ਨੇ ਕੀ ਕੀਤਾ ਸਾਨੂੰ ਇੱਕ ਵਾਰ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਤੁਸੀਂ ਉਹਨਾਂ ਦੀ ਕਾਲ ਡਿਟੇਲ ਚੈੱਕ ਕਰਾਓ ਉਹਨਾਂ ਦੀ ਮਦਰ ਦੇ ਬਿਆਨ ਸੀ ਕਿ ਅਸੀਂ 100 ਲੋਕਾਂ ਨੂੰ ਫੋਨ ਕੀਤੇ ਧੀਆਂ ਨੂੰ ਫੋਨ ਕਰਨਾ ਜ਼ਰੂਰੀ ਨਹੀਂ ਸੀਗਾ ਜਦੋਂ ਕੋਈ ਰਾਹ 'ਚ ਐਕਸੀਡੈਂਟ ਹੋ ਜਾਂਦਾ ਉਹਦੀ ਫੋਨ 'ਚੋਂ ਆਈਡੀ ਕੱਢੀ ਜਾਂਦੀ ਹੈ ਉਹਦੇ ਘਰੇ ਫੋਨ ਕਰਕੇ ਦੱਸਿਆ ਜਾਂਦਾ ਵੀ ਫਲਾਨੇ ਰੋਡ ਤੇ ਤੁਹਾਡਾ ਬੰਦਾ ਪੂਰਾ ਹੋ ਗਿਆ ਪੂਰੀ ਰਾਤ ਉਹਦੇ ਘਰਦਿਆਂ ਨੂੰ ਲੱਭਿਆ ਜਾਂਦਾ ਹੈ ਰਮਲਾ ਸਾਹਿਬ ਜੀ ਤੇ ਤਾਂ ਦੋ ਪਰਿਵਾਰ ਸੀ ਉਹਨਾਂ ਵਿੱਚੋਂ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਨੂੰ ਸਾਡੇ ਫਾਦਰ ਦੀ ਮੌਤ ਦਾ ਪਤਾ ਇੰਟਰਨੈਟ ਤੋਂ ਚੱਲ ਰਿਹਾ ਅਸੀਂ ਫੇਕ ਨਿਊ ਸਮਝੀ ਲੇਕਿਨ ਜਦੋਂ ਸਾਨੂੰ ਪੁਸ਼ਟੀ ਹੋਈ ਸਾਨੂੰ ਇਸ ਗੱਲ ਦਾ ੱੱਕਾ ਲੱਗਿਆ ਸਾਨੂੰ ਨਾ ਦੱਸਣਾ ਸਭ ਤੋਂ ਵੱਡਾ ਜ਼ੁਰਮ ਹੈ ਤੁਸੀਂ ਕਿਸੇ ਦੇ ਪਰਿਵਾਰ ਤੋਂ ਅਸਲੀਅਤ ਛੁਪਾ ਰਹੇ ਹੋ ਕਿ ਉਹ ਬੰਦਾ ਮਰ ਗਿਆ ਸਾਨੂੰ ਲੋਕ ਦੱਸ ਰਹੇ ਨੇ ਮੰਡੀ ਜੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਤੁਸੀਂ ਹੁਣ 4 ਮਹੀਨੇ ਤੋਂ ਬਾਅਦ ਇਹ ਮਾਮਲਾ ਚੱਕ ਰਹੇ ਹੋ ਫਿਰ ਨੰਬਰ 2 ਤੇ ਜਾਂ ਤੁਹਾਡੇ ਨਾਲ ਰਿਲੇਸ਼ਨ ਨਹੀਂ ਸੀ 7 ਸਾਲ ਉਹ ਦੂਰ ਸੀਗੇ ਇਹ ਜਦ ਕੋਈ ਇਹ ਵੀ ਅਸੀਂ ਸੁਣਨ ਨੂੰ ਆਇਆ ਵੀ ਉਹ ਰਿਲੇਸ਼ਨ ਰੱਖਣਾ ਨਹੀਂ ਚਾਹੁੰਦੇ ਸੀਗੇ ਹੁਣ ਜਾਇਦਾਦ ਦਾ ਝਗੜੇ ਕਰਕੇ ਤੇ ਕਿਹੜੀ ਜਾਇਦਾਦ ਹੈ ਜੀ ਜਿਹਦਾ ਜਿਹਦਾ ਝਗੜਾ ਹੋ ਰਿਹਾ ਹੈਗਾ ਜਿਹੜਾ ਇਹ ਵਿਰਾਸਤ ਸਾਹਮਣੇ ਦੀ ਗੱਲ ਕੀਤੀ ਜਾ ਰਹੀ ਸਰ ਮੇਰੀ ਗੱਲ ਸੁਣੋ ਝਗੜਾ ਕੋਈ ਲੜਾਈ ਨਹੀਂ ਤੁਮ ਵੀ ਇੱਕ ਲੱਕੜ ਦੀ ਹੈ ਉਦੀ ਐਕਚੁਅਲ ਕਾਸਟ 2000 ਤੋਂ 10000 ਹੋ ਸਕਦੀ ਹੈ ਸਾਡੀ ਵਿਰਾਸਤ ਉਹੀ ਹੈ ਸਾਡੀ ਵਿਰਾਸਤ ਵਰਦੀ ਵਾਲੇ ਨਹੀਂ ਲੈ ਸਕਦੇ ਮੇਰੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਤੁੰਬੀ ਕੋਈ ਮੁਲਾਜ਼ਮ ਵਜਾ ਰਹੇ ਨੇ ਉਹਨਾਂ ਨੇ ਸਾਨੂੰ ਤੁੰਬੀ ਦਿਨ ਤੋਂ ਇਨਕਾਰ ਕਰਤਾ ਮੇਰੇ ਕੋਲ ਪ੍ਰੂਫ ਪਏ ਨੇ ਉੱਥੇ ਲੜਾਈ ਕੀਤੀ ਜਦੋਂ ਮੈਂ ਐਡ ਦ ਸਪੋਟ ਤੁੰਬੀ ਦੀ ਮੰਗ ਕੀਤੀ ਮੇਰੇ ਬ੍ਰਦਰ ਨੇ ਕਿਹਾ ਕਿ ਸਾਨੂੰ ਤੁੰਬੀ ਦਿੱਤੀ ਜਾਵੇ ਸਾਡੀ ਆਇਡੈਂਟੀਟੀ ਉਹਦੇ ਨਾਲ ਹੈ ਮੇਰੇ ਨਾਲ ਉਸ ਟਾਈਮ ਉਹਨਾਂ ਦੇ ਬੇਟੇ ਆਕਾਸ਼ ਨੇ ਗਾਲੀ ਗਲੋਚ ਕੀਤਾ ਆ 119 ਤੇ ਮੈਂ ਉਸ ਟਾਈਮ ਕਾਲ ਕੀਤੀ ਘੱਟੋ ਘੱਟ ਦੋ ਕਾਲਾਂ ਕੀਤੀਆਂ ਤਾਂ ਕਿ ਮੈਂ ਪੁਲਿਸ ਨੂੰ ਇਨਫੋਰਮ ਕਰ ਸਕਾਂ ਕਿ ਮੇਰੇ ਨਾਲ ਹੱਤਾ ਪਾਈ ਕਰਨ ਦੀ ਕੋਸ਼ਿਸ਼ ਕੀਤੀ ਓਦੋਂ ਬਾਅਦ ਬਾਹਰ ਵੀ ਸਾੜਨਾ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਮੰਗਿਆ ਕਿ ਤੁੰਬੀ ਮੇਰੇ ਫਾਦਰ ਦਾ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਫੋਨ ਨੰਬਰ ਮੇਰੇ ਪਾਪਾ ਦੀਆਂ ਕਈ ਜਾਇਦਾਦਾਂ ਜੋ ਕਿ ਧੱਕੇ ਨਾਲ ਇਹਨਾਂ ਨੇ ਆਪਣੇ ਨਾਮ ਕਰਾ ਲੀਆਂ ਸਭ ਕੁਝ ਲੈ ਲਿਆ ਜਦੋਂ ਸਭ ਕੁਝ ਪਾਪਾ ਨਾਲ ਧੱਕੇ ਨਾਲ ਲੈ ਲਿਆ ਉਹਨਾਂ ਨੂੰ ਮਾਰਨ ਦਾ ਕੀ ਮਤਲਬ ਬੰਦਾ ਸੀ ਕਿਉਂ ਮਾਰਿਆ ਗਿਆ ਉਹਨਾਂ ਨੂੰ ਮੈਂ ਕੀ ਮੰਗ ਕਰਦੇ ਤੁਸੀਂ ਇਹ ਤੇ ਮੈਂ ਮੰਗ ਕਰਦੀ ਹਾਂ ਮੇਰੇ ਫਾਦਰ ਦੀ ਤੁੰਬ ਵੀ ਸਾਡੇ ਵਿਰਾਸਤ ਚ ਹੋਣੀ ਚਾਹੀਦੀ ਹੈ ਉਸਨੂੰ ਲਾਲਚ ਲਾਲ ਚੰਦ ਯਮਲਾ ਜੀ ਸਾਡੇ ਦਾਦਾ ਗੁਰੂ ਜੀ ਨੇ ਉਹਨਾਂ ਨੂੰ ਕੋਟਨ ਕੋਟ ਪਰਨਾ ਮੇਰੇ ਪਿਤਾ ਜੀ ਉਹਨਾਂ ਦੇ ਸ਼ਗਿਰਦ ਨੇ ਉਹ ਸਾਡੇ ਪੂਰੇ ਜੱਦੀ ਪੁਸ਼ਤੀ ਉਸ ਉਸਤਾਦ ਨੇ ਉਹ ਜਿਹੜੀ ਤੁੰਬੀ ਹੈ ਨਾ ਉਹ ਸਾਡੇ ਲਈ ਇੱਕ ਮੰਦਰ ਹੈ ਤੇ ਲੋਕਾਂ ਲਈ ਉਹ ਗੋਲਕ ਹੈ ਡੋਨੇਸ਼ਨ ਵਾਸਤੇ ਉਹਨਾਂ ਨੇ ਆਪਣੇ ਕੋਲ ਰੱਖੀ ਹੈ ਅਸੀਂ ਚਾਹੁੰਦੇ ਹਾਂ ਡੇਰੇ ਵਿੱਚ ਆਵੇ ਉਸ ਦੀ ਇੱਜ਼ਤ ਹੋਵੇ ਉਸ ਨੂੰ ਡੇਰੇ ਵਿੱਚ ਰੱਖਿਆ ਜਾਵੇ ਯਮਲਾ ਜੀ ਦੇ ਡੇਰੇ ਵਿੱਚ ਸਾਡੇ ਦਾਦਾ ਗੁਰੂ ਜੀ ਦੇ ਡੇਰੇ ਵਿੱਚ ਰੱਖਿਆ ਜਾਵੇ ਮੰਡੀ ਜੀ ਤੁਸੀਂ ਕੋਈ ਡਿਮਾਂਡ ਵੀ ਕਰਦੇ ਸੀ ਵੀਏ ਦੀ ਡਿਮਾਂਡ ਕਰਦੇ ਸੀ ਮੈਂ ਜਾਂਚ ਦੀ ਤੁਸੀਂ ਆਪਣੀ ਇੱਕ ਪੋਸਟ ਵਾਈਸ ਤੇ ਸੀਬੀਏ ਤੋਂ ਜਾਂਚ ਕੀਤੀ ਜਾਵੇ ਐਡਾ ਮਾਮਲਾ ਵਧ ਗਿਆ ਵੀ ਉਹ ਸੀਬੀਏ ਜਾਂਚ ਸਰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਤੇ ਇਹ ਸਭ ਤੋਂ ਵੱਡਾ ਰੋਪ ਇਹ ਲਗਾਇਆ ਜਾ ਰਿਹਾ ਜੀ ਮੈਂ ਉਹ ਕਹਿੰਦੇ ਨੇ ਮੈਂ 7 ਸਾਲ ਰਮਲਾ ਸਾਹਿਬ ਦੀ ਸੇਵਾ ਕੀਤੀ 2013 ਤੋਂ ਇਹ ਵੀ ਕਲੀਅਰ ਕਰ ਦਿਓ ਕੌਣ ਨੇ ਸਾਰਾ ਕਦੋਂ ਤੁਹਾਡੇ ਕੋਲੋਂ ਗਿਆ ਤੇ ਕੀ ਤੁਹਾਡੇ ਫੈਮਿਲੀ ਦੇ ਵਿੱਚ ਕੀ ਬੈਕਗ੍ਰਾਉਂਡ ਸੀ ਉਹ ਵੀ ਥੋੜਾ ਕਲੀਅਰ ਕਰ ਦਿਓ ਸਰ ਸਾਡੇ ਤਿੰਨ ਬਲਾਕਸ 'ਚ ਘਰ ਸੀ ਪਹਿਲਾ ਘਰ ਸਾਡੇ ਬਲਾਕ ਦਾ ਸੀ ਸੈਕਿੰਡ 'ਚ ਮੇਰੇ ਫਾਦਰ ਫਾਦਰ ਦਾ ਸੀ ਥਰਡ 'ਚ ਸਾਡੇ ਸੈਕਿੰਡ ਮਦਰ ਦਾ ਘਰ ਸੀ ਜੇ ਕਿ ਸਾਡੇ ਵੱਡੇ ਮਦਰ ਨੇ ਅਸੀਂ ਤਿੰਨ ਬਲਾਕਸ 'ਚ ਰਹਿੰਦੇ ਸੀ ਸਮਝਦੇ ਹੋ ਸਾਡੇ ਨਾਲ ਫਾਦਰ ਰਹਿੰਦੇ ਸੀ ਸਾਡਾ ਅਕਸਰ ਆਉਣਾ ਜਾਣਾ ਸੀ ਇਸ ਦੀ ਗਵਾਹੀ ਪੂਰਾ ਮੁਹੱਲਾ ਕੀ ਪੂਰਾ ਏਰੀਆ ਕੀ ਪੂਰੀ ਦੁਨੀਆ ਵੀ ਭਰ ਦੇਗੀ ਫਿਰ ਇਹ ਇਲਜ਼ਾਮ ਲਗਾਉਣਾ ਕਿ 7 ਸਾਲ ਕਦੇ ਹੋ ਸਕਦਾ ਕਿ ਬਾਪ ਬੇਟੀ ਤੋਂ 7 ਸਾਲ ਬਿਨਾਂ ਵਜਾ ਬਿਨਾਂ ਲੜੇ ਦੂਰ ਹੋ ਜਵੇ ਮੈਂ ਨਹੀਂ ਮੰਨ ਸਕਦੀ ਮੇਰੇ ਫਾਦਰ ਦੇ ਸਾਡੇ ਨਾਲ ਬਹੁਤ ਅੱਛੇ ਸਬੰਧ ਸੀ ਮੈਨੂੰ ਮੇਰੇ ਫਾਦਰ ਦੀ ਜਾਇਦਾਦ ਤੋਂ ਵੀ ਪਹਿਲਾਂ ਇਹ ਹੱਕ ਮੇਰਾ ਬਣਦਾ ਕਿ ਮੈਂ ਆਪਣੇ ਫਾਦਰ ਲਈ ਉੱਟ ਕੇ ਇਹਨਾਂ ਦਾ ਇਨਸਾਫ ਲਵਾਂ ਮੇਰੇ ਫਾਦਰ ਨੂੰ ਕਿਉਂ ਮਾਰਿਆ ਗਿਆ ਜਦਕਿ ਸਾਰੀਆਂ ਚੀਜ਼ਾਂ ਤੁਸੀਂ ਹੜੱਪ ਕਰ ਚੁੱਕੇ ਹੋ ਮੇਰੇ ਫਾਦਰ ਨੂੰ ਅਕਸਰ ਕੋਰ ਸਿੰਗਰਜ਼ ਦੀ ਲੋੜ ਪੈਂਦੀ ਸੀ ਮੇਰੇ ਫਾਦਰ ਨਾਲ ਹਰਨੀਤ ਨੀਤੂ ਜੀ ਨੇ ਸੁਖਵੰਤ ਸੁਖੀ ਜੀ ਨੇ ਮੇਰੇ ਮਦਰ ਪਰਮਜੀਤ ਕੋ ਸੰਦੂ ਨੇ ਉਸ ਤੋਂ ਬਾਅਦ ਨਵਜੋਤ ਰਾਣੀ ਜੀ ਨੇ ਉਸ ਤੋਂ ਬਾਅਦ ਤੇਜਵੀਰ ਰਾਜੂ ਨੇ ਔਰ ਮਨਜੀਤ ਮਾਨ ਜੀ ਨੇ ਤੇ ਸਭ ਤੋਂ ਐਂਡ 'ਚ ਆਏ ਨਵਜੋਤ ਰਾਣੀ ਜੀ ਨੇ ਕਿੰਨੇ ਸਿੰਗਰਜ਼ ਨੇ ਗਾਏ ਅੱਜ ਤੱਕ ਮੇਰੇ ਫਾਦਰ ਨੇ ਨਾ ਮੇਰੇ ਫਾਦਰ ਨੂੰ ਉਹਨਾਂ ਨੇ ਕੁਝ ਕਿਹਾ ਨਾ ਮੇਰੇ ਫਾਦਰ ਨੇ ਉਹਨਾਂ ਨੂੰ ਕੁਝ ਕਿਹਾ ਮਤਲਬ ਨਾ ਉਹ ਕੁਝ ਲੈ ਕੇ ਗਏ ਅਗਰ ਆਪਣਾ ਨਾਮ ਬਣਾ ਕੇ ਗਏ ਨੇ ਅੱਛੇ ਤਰੀਕੇ ਨਾਲ ਲੱਗ ਹੋਏ ਨੇ ਇਹਨਾਂ ਨੇ ਤਾਂ ਮੇਰੇ ਫਾਦਰ ਨੂੰ ਲੁੱਟ ਪੁੱਟ ਕੇ ਮਾਰ ਹੀ ਦਿੱਤਾ ਮੈਂ ਇਸ ਲਈ ਇਲਜ਼ਾਮ ਲਗਾ ਰਹੀ ਹਾਂ ਕੁਝ ਪ੍ਰੂਫ ਮੇਰੇ ਹੱਥ 'ਚ ਨੇ ਜੇ ਤੁਸੀਂ ਮੈਂ ਸਰ ਦਿਖਾਉਣੀ ਆ ਮੈਂ ਦੱਸਣਾ ਚਾਹੂੰਗੀ ਨਵਜੋਤ ਰਾਣੀ ਜੀ ਦਾ ਪਹਿਲਾ ਵਿਆਹ ਬੱਲਮਗੜ ਵਿੱਚ ਹੋਇਆ ਦੂਜਾ ਵਿਆਹ ਉਹਨਾਂ ਦਾ ਮੁਕਸਰ 'ਚ ਜੀਰੇ ਵਿੱਚ ਹੋਇਆ ਬਲਜੀਤ ਬਾਦਸ਼ਾਹ ਜੀ ਨਾਲ ਤੀਜਾ ਵਿਆਹ ਗੁਰਮੇਲ ਸਿੰਘ ਜੀ ਨਾਲ ਹੋਇਆ ਉਹਨਾਂ ਨੇ ਕਰਤਾਰਮਨ ਜੀ ਦੀ ਸੇਵਾ ਕਿਉਂ ਚੁਣੀ ਹੈ ਉਹਨਾਂ ਦੇ ਜਦ ਆਪਣੇ ਤਿੰਨ ਪਤੀ ਸੀ ਉਹਨਾਂ 'ਚੋਂ ਕਿਸੇ ਦੀ ਸੇਵਾ ਕਿਉਂ ਨਾ ਕੀਤੀ ਉਹਨਾਂ ਨੇ ਉਹਨਾਂ ਨੇ ਮੇਰੇ ਫਾਦਰ ਨੂੰ ਹੀ ਕਿਉਂ ਲੁਧਿਆਣੇ ਤੋਂ ਲੈ ਕੇ ਗਏ ਜਦ ਕਿ ਅਸੀਂ ਜਿਉਂਦੇ ਆ ਸਾਨੂੰ ਪੁੱਛ ਕੇ ਲੈ ਕੇ ਗਏ ਆਪਾਂ ਕਿਸੇ ਦੀ ਚੀਜ਼ ਨੂੰ ਬਿਨਾਂ ਪੁੱਛੇ ਹੱਥ ਨਹੀਂ ਲੈਂਦੇ ਤੁਸੀਂ ਕਿਸ तरह ਬੰਦਾ ਲੈ ਗਏ ਤੁਹਾਡੇ ਕੋਲ ਕੀ ਅਥਾਰਟੀ ਹੈ ਤੁਹਾਡਾ ਰਿਸ਼ਤਾ ਕੀ ਹੈ ਮੇਰੇ ਫਾਦਰ ਨਾਲ ਮੈਨੂੰ ਕਲੀਅਰ ਕੀਤਾ ਜਾਵੇ ਤੁਸੀਂ ਠਾਣੇ 'ਚ ਕਹਿੰਦੇ ਹੋ ਮੈਂ ਉਹਨਾਂ ਦੀ ਧੀ ਆਂ ਅਰਦਾਸ 'ਚ ਕਹਿੰਦੇ ਹੋ ਮੈਂ ਉਹਨਾਂ ਦੀ ਪਤਨੀ ਆਂ ਠੀਕ ਹੈ ਮੈਨੂੰ ਪਤਨੀ ਦੇ ਜਾਂ ਡਾਕੂਮੈਂਟ ਦਿਖਾਓ ਜਾਂ ਧੀ ਦੇ ਡਾਕੂਮੈਂਟ ਦਿਖਾਓ ਮੈਂ ਤਾਂ ਆਪਣੇ ਸਾਰੇ ਪੇਸ਼ ਕਰ ਦੂੰਗੀ ਠੀਕ ਹੈ ਤੁਸੀਂ ਕਿਤੇ ਆਪਣੇ ਬੇਟੇ ਨੂੰ ਉਹਨਾਂ ਦਾ ਪੋਤਾ ਦੱਸ ਰਹੇ ਹੋ ਤੁਸੀਂ ਇਹ ਦੱਸੋ ਤੁਸੀਂ ਪ੍ਰੂਫ ਕੀ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਰਿਸ਼ਤਾ ਕੀ ਹੈ ਮੇਰੇ ਫਾਦਰ ਸਾਹਿਬ ਨਾਲ ਤੇ ਤੁਹਾਡੇ ਹੱਕ ਕੀ ਬਣਦੇ ਨੇ ਮੇਰੇ ਫਾਦਰ ਦੀਆਂ ਚੀਜ਼ਾਂ ਨੂੰ ਲੁੱ 18 ਮਾਰਚ ਨੂੰ ਮੈਂ ਨੋਡਲ ਦੇ ਵਿੱਚ Airtel ਆਫਿਸ 'ਚ ਅਰਜ਼ੀ ਪਾਈ ਐਪਲੀਕੇਸ਼ਨ ਲਈ 1562020 ਨੂੰ ਕਿ ਮੇਰੇ ਪਿਤਾ ਦਾ ਫੋਨ ਮਿਸਯੂਜ਼ ਹੋ ਰਿਹਾ ਨੂੰ ਬੰਦ ਕੀਤਾ ਜਾਵੇ। ਉਹ ਉੱਥੇ ਜਾਣ ਤੋਂ ਪਹਿਲਾਂ ਪਤਾ ਲੱਗਦਾ ਹੈ ਜੀ ਕਿ ਉਹ ਵੀ ਕਥਿਤ ਤੌਰ ਤੇ ਨੌਜੋਤ ਰਣੀ ਨੇ ਆਪਣੇ ਨਾਮ ਕਰਾ ਲਿਆ। ਦੱਸੋ ਮਰਿਆ ਬੰਦਾ ਆਪ ਤਾਂ ਨਹੀਂ ਕਰਕੇ ਗਿਆ ਹੋਊਗਾ। ਹੁਣ ਅੰਗੂਠੇ ਲਗਵਾਏ ਨੇ ਕੀ ਕੀਤਾ ਵੀ ਡੋਨਟ ਨੋ। ਕਿਉਂਕਿ ਮੇਰੇ ਪਾਪਾ ਦੇ ਫੋਨ ਤੇ ਮੇਰੇ ਪਾਪਾ ਦੇ ਹਰ ਚੀਜ਼ ਦੀ ਡਿਟੇਲ ਆਉਂਦੀ ਸੀ। ਚਾਹੇ ਉਹ ਬੈਂਕ ਡਿਟੇਲ ਹੈ ਚਾਹੇ ਬੈਂਕ OTPs ਨੇ ਚਾਹੇ ਉਹਨਾਂ ਦੇ ਆਧਾਰ ਕਾਰਡ ਦੇ OTPs ਨੇ ਹਰ ਚੀਜ਼ ਦੀ ਡਿਟੇਲ ਉੱਤੇ ਆਉਂਦੀ ਹੈ ਉਹਨਾਂ ਨੇ ਇਸ ਫੋਨ ਨੂੰ ਇਸ ਲਈ ਰੱਖਿਆ ਜਾਂ ਮੇਰੇ ਪਾਪਾ ਦਾ ਫੋਨ ਨੰਬਰ ਐਟਲੀਸਟ ਲੱਖਾਂ ਲੋਕਾਂ ਕੋਲੇ ਹੈ ਜਿਹਦੇ ਵਿੱਚੋਂ ਹਜ਼ਾਰਾਂ ਨੇ ਸੇਵ ਕੀਤਾ ਹੋਊਗਾ ਉਹ ਹਜ਼ਾਰਾਂ ਵਿੱਚੋਂ ਕੁਝ 500 ਲੋਕਾਂ ਤੋਂ ਡੋਨੇਸ਼ਨ ਲਈਤੀ ਜਾ ਰਹੀ ਹੈ ਇਹ ਤਾਂ ਸਭ ਮੂਹ ਮਾਇਆ ਸੇਵਾ ਉਹਨਾਂ ਨੇ ਬਿਨਾ ਮਿਹਨਤਾਨੇ ਤੋਂ ਨਹੀਂ ਕੀਤੀ ਮੇਰੇ ਕੋਲ ਬਹੁਤ ਜਿਹੋ ਜਿਹੇ ਪ੍ਰੂਫ ਨੇ ਪ੍ਰੂਫਸ ਨੇ ਜੋ ਪ੍ਰੂਫ ਕਰ ਦੇਣ ਕਿ ਮੇਰੇ ਪਾਪਾ ਦੀ ਜਿਹੜੀ ਮੌਤ ਹੈ ਉਹ ਨੈਚੁਰਲ ਡੈਥ ਨਹੀਂ ਹੈ ਤੇ ਹੁਣ ਕਿਸ ਨੂੰ ਪੁਲਿਸ ਕਮਿਸ਼ਨਰ ਨੂੰ ਕੰਪਲੇਂਟ ਦਿੱਤੀ ਹੈ ਕੀ ਕੰਪਲੇਂਟ ਦਿੱਤੀ ਹੈ ਦੇਖੋ ਅਸੀਂ ਐਸਐਸਪੀ ਸਾਹਿਬ ਫਰੀਦਕੋਟ ਨੂੰ ਵੀ ਪਾਈ ਹੈ ਅਪੀਲ ਕੀਤੀ ਹੈ ਮੈਂ ਤਾਂ ਹੱਥ ਜੁੜ ਕੇ ਹੀ ਕਹੂੰਗੀ ਇੱਕ ਲੋਕ ਗਾਇਕ ਦੀ ਹੱਤਿਆ ਹੋਈ ਹੈ ਉਹਨੂੰ ਇਨਸਾਫ ਦਿਵਾਉਣਾ ਚਾਹੀਦਾ ਮੈਂ ਤਾਂ ਉਸ ਦਿਨ মিডিਆ ਨੂੰ ਵੀ ਅਪੀਲ ਕੀਤੀ ਹੈ ਮੇਰੀ ਸਭ ਨੂੰ ਇੱਕੋ ਹੀ ਅਪੀਲ ਹੈ ਕਿ ਮੇਰੇ ਫਾਦਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਕਿ ਝੂਠੇ ਲੋਕ ਅੱਗੇ ਨਾ ਆਉਣ ਝੂ ਕਦੇ ਪਰਿਵਾਰ ਕਦੇ ਬੇਟੀ ਗਲਤ ਚੀਜ਼ ਤੇ ਸਟੈਂਡ ਨਹੀਂ ਲਊਗੀ ਮੈਂ ਉਹਨਾਂ ਦਾ ਖੂਨ ਆ ਮੈਂ ਕਦੇ ਵੀ ਝੂਠਾ ਇਲਜ਼ਾਮ ਕਿਸੇ ਤੇ ਨਹੀਂ ਲਾਉਂਗੀ ਕੁਝ ਪ੍ਰੂਫਸ ਕਰਕੇ ਹੀ ਮੈਂ ਪ੍ਰੂਫ ਨਾਲ ਲੈ ਕੇ ਆਈਆਂ ਮੈਂ ਤੁਹਾਨੂੰ ਦਿਖਾ ਸਕਦੀ ਆ ਮੈਂ ਇੱਕ ਇਹਨਾਂ ਦੀ ਵੀਡੀਓ ਤੇ ਸਿਰਫ ਇਨਾ ਕਮੈਂਟ ਕੀਤਾ ਸੀ ਕਿ ਮੇਰੇ ਫਾਦਰ ਦੀ ਤੁਸੀਂ ਹੱਤਿਆ ਕਰਤੀ ਜਿਸ ਕਰਕੇ ਇਹਨਾਂ ਨੇ ਸਾਨੂੰ ਔਮਨ ਸੈਲ ਦੇ ਚਾਰ ਵਾਰ ਚੱਕਰ ਮਰਵਾਏ ਨੇ ਆ ਪ੍ਰੂਫ ਨੇ ਅਸੀਂ ਔਮਨ ਸੈਲ ਹੋ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਸਾਨੂੰ ਮੇਰੇ ਫਾਦਰ ਤੋਂ ਇਹਨਾਂ ਨੇ ਸਭ ਕੁਝ ਲੈ ਲਿਆ ਧੱਕੇ ਨਾਲ ਲੈ ਲਿਆ ਸਾਰਾ ਕੁਝ ਲੈ ਲਿਆ ਤੇ ਇਸ ਫਾਦਰ ਦੀ ਇੰਨੀ ਕਿ ਸੇਵਾ ਕੀਤੀ ਕਿ ਉਹਨਾਂ ਨੂੰ ਸਿਵੇ ਤੱਕ ਪਹੁੰਚਾਤਾ ਤੇ ਸਾਨੂੰ ਥਾਣਿਆਂ ਤੱਕ ਪਹੁੰਚਾ ਦਿੱਤਾ ਹੋਰ ਤੁਹਾਨੂੰ ਮੈਂ ਦਿਖਾ ਸਕਦੀ ਹਾਂ ਅਸੀਂ ਅਪੀਲ ਕੀਤੀ ਫਿਰ ਕਿੱਥੋਂ ਸਾਨੂੰ ਲੱਗਦਾ ਕਿ ਇਹ ਸਾਜ਼ਿਸ਼ਾਨਾ ਮਰਡਰ ਹੈ ਮੇਰੇ ਪਿਤਾ ਜੀ ਦੀਆਂ ਸਾਰੀਆਂ ਆਈਡੀਆਂ ਇਹਨਾਂ ਦੇ ਕੋਲ ਨੇ ਜਿੱਥੋਂ ਇਹ ਪੈਸੇ ਵੀ ਵਿਡਰੋਅਲ ਕਰਾ ਰਹੇ ਨੇ ਮੇਰੇ ਫਾਦਰ ਦੀ ਡੈਥ ਤੋਂ ਪਹਿਲਾਂ ਇਹਨੇ 3 ਤੋਂ 5 ਲੱਖ ਦੀ ਟ੍ਰਾਂਜ਼ੈਕਸ਼ਨ ਕਰਾਈ ਹੈ ਕਿਸ ਲਈ ਕਰਾਈ ਹੈ ਇਹਨਾਂ ਦੀ ਬੇਟੀ ਫੌਰਨ ਤੋਂ ਵਾਪਸ ਆਈ ਹੈ ਮੇਰੇ ਫਾਦਰ ਦੀ ਡੈਥ ਤੋਂ ਇੱਕ ਦਿਨ ਪਹਿਲਾਂ ਸਾਨੂੰ ਫੋਨ ਕਿਉਂ ਨਹੀਂ ਕੀਤੇ ਗਏ ਆ ਦੇਖੋ ਮਾਨਯੋਗ ਸੁਪਰੀਡੈਂਟ ਸਾਹਿਬ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਕਾਲਜ ਗਏ ਆ ਮੇਰੇ ਫਾਦਰ ਦੀ ਆਈਡੀ ਸਕੋਲ ਰੱਖਣ ਵਾਲੀ ਲੇਡੀ ਉੱਥੇ ਉਹਨਾਂ ਦੇ ਫਾਦਰ ਦਾ ਨਾਮ ਗਲਤ ਲਿਖਾ ਕੇ ਆਈ ਹੈ ਪਿਆਰਾ ਸਿੰਘ ਤੋਂ ਤਾਰਾ ਸਿੰਘ ਕਰਤਾਰ ਰਮਲਾ ਜੀ ਦੀ ਆਇਡੈਂਟੀਟੀ ਛੁਵਾ ਕੇ ਆਈ ਹੈ ਕਰਤਾਰ ਰਮਲਾ ਦੀ ਜਗ੍ਹਾ ਕਰਤਾਰ ਸਿੰਘ ਲਿਖ ਕੇ ਆਈ ਹੈ ਕਿਉਂ ਤਾਂ ਕਿ ਅਸੀਂ ਉੱਥੋਂ ਉਹਨਾਂ ਦਾ ਕੌਜ਼ ਆਫ ਡੈਥ ਨਾ ਕਢਾ ਸਕੀਏ ਫਿਰ ਮੇਰੇ ਫਾਦਰ ਨੂੰ ਬਹੁਤ ਜ਼ਿਆਦਾ ਸਮੇਂ ਲਈ ਐਡਮਿਟ ਨਹੀਂ ਕਰਾਇਆ ਗਿਆ ਉਹਦਾ ਰੀਜ਼ਨ ਹੈ ਇਹ ਵੀ ਮੇਰੇ ਕੋਲ ਪ੍ਰੂਫ ਨੇ ਇਹ ਮੈਂ ਬਾਅਦ 'ਚ ਤੁਹਾਨੂੰ ਰਿਵੀਲ ਕਰੂੰਗੀ ਤੁਸੀਂ ਇਹਦੀ ਸਿਰਫ ਪਿਕਚਰ ਦੇਖ ਸਕਦੇ ਹੋ ਜੇ ਮੇਰੇ ਫਾਦਰ ਦੀ ਇੰਨੀ ਸੇਵਾ ਸੀ ਉਹ ਸਵੇਰੇ 10:30 ਵਜੇ ਦੇ ਬਿਮਾਰ ਹੋਏ ਨੇ ਉਹਨਾਂ ਨੇ ਵੇਟ ਕੀਤੀ ਵੀ ਚਾਰ ਸਾਢੇ ਚਾਰ ਬੰਦਾ ਮਰ ਜਵੇ ਮਰਨ ਤੋਂ ਬਾਅਦ ਇਸ ਨੂੰ ਹਸਪੀਟਲ ਲੈ ਜਾਵਾਂਗੇ ਮੀਡੀਆ ਦੇ ਵਿੱਚ ਬਾਈਟ ਬਣ ਜੂਗੀ ਕਿ ਹਸਪੀਟਲ 'ਚ ਦਮ ਤੋੜਿਆ ਜਿੱਥੇ ਇੱਕ ਕਤਲ ਇੱਕ ਨੈਚੁਰਲ ਡੈਥ ਅਸੀਂ ਦਿਖਾ ਪਾਵਾਂਗੇ ਕਿਉਂਕਿ ਇਹਨਾਂ ਨੂੰ ਦਿਮਾਗ ਦੇਣ ਵਾਲੇ 2-4 ਪੁਲਿਸ ਮੁਲਾਜ਼ਮ ਨੇ ਜਿਹੜਾ ਇਹਨਾਂ ਦਾ ਭਰਪੂਰ ਸਾਥ ਦੇ ਰਹੇ ਨੇ ਉਹਨਾਂ ਦਾ ਨਾਮ ਵੀ ਅਸੀਂ ਜਲਦੀ ਰਿਵੀਲ ਕਰਾਂਗੇ ਬਹੁਤ ਜਲਦੀ ਤੁਹਾਨੂੰ ਅਸੀਂ ਕਾਤਲਾ ਤੱਕ ਲੈ ਕੇ ਜਾਵਾਂਗੇ ਕਿਉਂਕਿ ਮੈਨੂੰ ਪੂਰਾ ਮਾਨ ਹੈ ਮੀਡੀਆ ਤੇ ਪੁਲਿਸ ਸਾਡਾ ਸਾਥ ਦੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਵੀ ਕੰਪਲੇਂਟ ਕੀਤੀ ਹੁੰਦੀ ਹੈ ਹਾਂਜੀ ਸਰ ਸਾਡੀ ਸੁਣਵਾਈ ਹੈ ਹੁਣ ਸਾਨੂੰ ਬੁਲਾਉਣਗੇ ਕੀ ਕੰਪਲੇਂਟ ਕੀਤੀ ਹੈ ਸਰ ਅਸੀਂ ਕੰਪਲੇਂਟ ਇਹੀ ਕੀਤੀ ਹੈ ਕਿ ਸਾਡੀ ਜਿਹੜੀ ਮੇਨ ਜਾਇਦਾਦ ਤਾਂ ਤੁੰਬੀ ਹੈ ਉਹ ਸਾਡੇ ਦਾਦਾ ਗੁਰੂ ਜੀ ਦੇ ਘਰ ਲਿਾਈ ਜਾਵੇ ਠੀਕ ਹੈ ਅਸੀਂ ਸਾਡੇ ਫਾਦਰ ਦੀਆਂ ਜਿਹੜੀਆਂ ਅਸਲ ਆਈਡੀਆਂ ਨੇ ਜਿਨ੍ਹਾਂ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਅਥੋਂ ਤੱਕ ਕਿ ਡੈਥ ਸਰਟੀਫਿਕੇਟ ਵੀ ਇਹਨਾਂ ਨੇ ਕਿਸੇ ਹੋਰ ਬੰਦੇ ਤੋਂ ਕਢਵਾਇਆ ਅਸੀਂ ਉਥੋਂ ਡੈਥ ਸਰਟੀਫਿਕੇਟ ਲੈਣ ਗਏ ਹਾਂ ਉਹ ਕਹਿੰਦੇ ਜੀ ਨਵਜੋਤਰਾਣੀ ਲੈ ਚੁੱਕੀ ਹੈ ਅਸੀਂ ਉਥੋਂ ਪਾਪਾ ਦਾ ਕੋਈ ਡਾਕੂਮੈਂਟ ਲੈਣ ਜਾਂਦੇ ਹਾਂ 8109 ਮੇਰੇ ਫਾਦਰ ਦੀ ਡ ਸਭ ਤੋਂ ਵੱਡੀ ਗੱਲ ਹਸਪੀਟਲ ਚੋਂ ਮਿਸਿੰਗ ਹੈ ਮੈਂ ਤੁਹਾਨੂੰ ਉਹ ਵੀ ਰਿਕਾਰਡਿੰਗ ਸੁਣਾ ਸਕਦੀ ਆ ਉਹ ਵੀ ਤੁਹਾਨੂੰ ਅਗਲੀ ਕੋਈ ਇੰਟਰਵਿਊ ਹੋਗੀ ਤਾਂ ਸਾਰਾ ਕੁਝ ਡਾਟਾ ਸੁਣਾਉਂਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਲੱਭ ਰਹੇ ਹਾਂ ਸਾਨੂੰ ਟਾਈਮ ਦੋ 15 6 ਨੂੰ ਅਪਲਾਈ ਕੀਤਾ ਹਲੇ ਤੱਕ ਮੇਰੇ ਫਾਦਰ ਦੀ ਡੈਥ ਰਿਪੋਰਟਸ ਨਹੀਂ ਮਿਲੀਆਂ ਲਾਸਟ ਉਹਨਾਂ ਨੇ ਕੋਈ ਗੈਸਟ ਵੀ ਕੀਤੀ ਜਾਂ ਕੋਈ ਗਾਇਆ ਵੀ ਕੋਈ ਗੀਤ ਕੋਈ ਚਾਨ ਤੋਂ ਪਹਿਲਾਂ ਇੱਕ ਵਿਦਾਇਗੀ ਗੀਤ ਗਾਇਆ ਜਿਹਦੇ ਨਾਲ ਉਹਦੋਂ ਬਾਅਦ ਮੇਰੇ ਫਾਦਰ ਦੀ ਚੰਗੀ ਤਰ੍ਹਾਂ ਵਿਦਾਇਕ ਕਰ ਦਿੱਤੀ ਗਈ ਹੈ ਉਹ ਮਰਨੇ ਵਾਲੇ ਇਨਸਾਨ ਨਹੀਂ ਸੀ ਕਿਉਂਕਿ ਮੈਨੂੰ ਪਤਾ ਮੇਰੇ ਫਾਦਰ ਦਾ ਇਮਿਊਨਿਟੀ ਸਿਸਟਮ ਉਹ ਇੱਕ ਸਿੰਗਰ ਇੱਕ ਆਰਟਿਸਟ ਹੋਣ ਦੇ ਨਾਤੇ ਅਕਸਰ ਸਾਡੇ ਇਮਿਊਨਿਟੀ ਸਿਸਟਮ ਇੰਨੇ ਸਟਰੋਂਗ ਹੁੰਦੇ ਨੇ ਅਸੀਂ ਮੁਸੀਬਤਾਂ ਨੂੰ ਬਹੁਤ ਹੱਸ ਕੇ ਜਰ ਲੈਨੇ ਆਂ ਕੀ ਮੰਡੀ ਨੂੰ ਮਿਲੂਗਾ ਇਨਸਾਫ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਨੂੰ ਮਿਲੂ ਜਿਵੇਂ ਡੇਲੀ ਪੋਸਟ ਨੇ ਅੱਜ ਮੈਨੂੰ ਕਵਰ ਕੀਤਾ ਤੇ ਅਗਰ ਹੋਰ মিডিਆ ਮੈਨੂੰ ਕਵਰ ਕਰੂਗਾ ਮੈਨੂੰ ਬਹੁਤ ਉਮੀਦ ਹੈ ਕਿ ਮੈਨੂੰ ਇਨਸਾਫ ਮਿਲੇਗਾ ਔਰ ਇਹ ਸੁਪਰੀਡੈਂਟ ਸਾਹਿਬ ਪੁਲਿਸ ਸਾਹਿਬ ਪੁਲਿਸ ਕਮਿਸ਼ਨਰ ਸਾਹਿਬ ਔਰ ਜਿੱਥੇ-ਜਿੱਥੇ ਮੈਂ ਅਪੀਲ ਪਾਈ ਹੈ ਮੈਂ ਚਾਹੁੰਦੀ ਆ ਇਹ ਮਾਮਲਾ ਹੁਣ सीबीआई ਬ੍ਰਾਂਚ ਤੱਕ ਪਹੁੰਚ ਜਾਵੇ ਸੀਆਈਡੀ ਡਿਪਾਰਟਮੈਂਟ ਨੂੰ ਚਲਾ ਜਾਵੇ ਮੇਰੇ ਫਾਦਰ ਦੀ ਇੱਕ-ਇੱਕ ਪ੍ਰਾਪਰਟੀ ਇੱਕ-ਇੱਕ ਕਾਰ ਇੱਕ-ਇੱਕ 골ਡ ਇੱਕ-ਇੱਕ ਮੇਰੇ ਫਾਦਰ ਦਾ ਅਸਲਾ ਉਹਨਾਂ ਦੇ ਪੈਨ ਕਾਰਡ ਤੋਂ ਲੈ ਕੇ ਸਾਰੀਆਂ ਡਿਟੇਲ ਨਾਲ ਖੰਗਾਲੀਆਂ ਜਾਣ ਤੁਹਾਨੂੰ ਪਤਾ ਲੱਗ ਜਾਏਗਾ ਮਰਡਰ ਕਿਸ ਨੇ ਕਿਉਂ ਕੀਤਾ ਹੈ ਕਿਉਂਕਿ ਇਸ ਸਾਹਤ ਪਤਾ ਲੱਗ ਰਿਹਾ ਨਵਜੋਤ ਰਾਣੀ ਨੇ ਪੂਰੀ ਫੈਮਿਲੀ ਨਾਲ ਤੇ ਦੋ ਤਿੰਨ ਮੁਲਾਜ਼ਮਾਂ ਨਾਲ ਮਿਲ ਕੇ ਮੇਰੇ ਫਾਦਰ ਦਾ ਕਤਲ ਕੀਤਾ। ਮੈਂ ਇਹ ਤਾਂ ਨਹੀਂ ਹੈਗੀ ਕਿ ਤੇ ਵੀ ਹੁਣ ਤੁਹਾਨੂੰ ਜਾਇਦਾ ਦਾ ਲਾਲਚ ਆ ਜਾਵੇ ਜਦੋਂ ਫਾਦਰ ਸਾਹਿਬ ਸੀ ਉਹ ਨਾ ਦਿੰਦੇ ਹੁਣ ਤਾਂ ਕਰਕੇ ਤੁਸੀਂ ਇਹ ਸਾਰਾ ਕੁਝ ਚੱਕ ਕਰਦੇ। ਦੇਖੋ ਮੇਰੇ ਫਾਦਰ ਸਾਹਿਬ ਦੇ ਐਸੇ ਐਸੇ 뮤జిਸ਼ੀਅਨ ਪ੍ਰੂਫ ਨੇ ਨਾ ਉਹ ਖੁਦ ਕਹਿੰਦੇ ਨੇ ਕਿ ਮੈਨੂੰ ਨਵਜੋਤ ਰਾਣੀ ਤੋਂ ਡਰ ਸੀ ਵੀ ਮੈਨੂੰ ਕੁਝ ਖਵਾ ਕੇ ਮਾਰ ਦੂਗੀ। ਉਹ ਉਹਨੂੰ ਵੀ ਨਹੀਂ ਸੀ ਦੇਣਾ ਚਾਹੁੰਦੇ ਕਿਉਂਕਿ ਮੇਰੇ ਫਾਦਰ ਦਾ ਫਰਸਟ ਵਾਈਫ ਨਾਲ ਖਰਚੇ ਦਾ ਕੇਸ ਸੀ। ਜਿਹੜੀ ਮੇਨ ਗੱਲ ਤੋਂ ਅੱਗੇ ਕਹਿੰਦੇ ਨੇ ਕਿ ਕਿੱਥੋਂ ਫਰਸਟ ਵਾਈਫ ਨੇ ਖਰਚੇ ਦਾ ਕੇਸ ਹੀ ਕਿਉਂਕਿ ਉਹਨਾਂ ਦੇ ਫਰਸਟ ਵਾਈਫ ਤੁਰ ਨਹੀਂ ਪਾਉਂਦੇ ਉਹਨਾਂ ਨੂੰ ਚੂਲੇ ਦੀ ਪ੍ਰੋਬਲਮ ਹੈ ਉਹ ਸਟੈਂਡ ਨਾਲ ਚੱਲਦੇ ਨੇ ਉਹਨਾਂ ਨੇ ਖਰਚਾ ਲਾਤਾ ਵੀ ਮੇਰਾ ਮੈਡੀਕਲ ਦਾ ਖਰਚਾ ਆਈ ਜਾਊਗਾ ਵੀ ਤੁਸੀਂ ਮੈਨੂੰ ਖਰਚਾ ਲਾ ਦਿਓ ਇਹਨਾਂ ਨੇ ਉਹਨਾਂ ਨੇ ਜਦੋਂ ਖਰਚਾ ਮੇਰੇ ਫਾਦਰ ਸਾਹਿਬ ਨੇ ਨਹੀਂ ਦਿੱਤਾ ਤਾਂ ਮੇਰੇ ਵੱਡੇ ਬ੍ਰਦਰ ਤੇ ਉਹਨਾਂ ਦੀ ਮਦਰ ਨੇ ਮੇਰੇ ਵੱਡੇ ਮਦਰ ਨੇ ਉਹਨਾਂ ਨੇ ਖਾਤੇ ਬੰਦ ਕਰਾਉਣੇ ਸ਼ੁਰੂ ਕਰ ਦਿੱਤੇ ਪਹਿਲਾ ਖਾਤਾ ਸੀਲ ਹੋਇਆ ਮੇਰੇ ਫਾਦਰ ਥੋੜਾ ਘਬਰਾ ਗਏ ਜਦੋਂ ਮੇਰੇ ਫਾਦਰ ਘਬਰਾ ਗਏ ਤਾਂ ਨਵਜੋਤ ਰਾਣੀ ਜੀ ਨੇ ਕਿਹਾ ਤੁਸੀਂ ਈਮਾਨਤ ਦੇ ਤੌਰ ਤੇ ਚੀਜ਼ਾਂ ਮੇਰੇ ਨਾਮ ਕਰ ਜਿੱਦਾਂ ਹੀ ਤੁਹਾਡਾ ਕੇਸ ਖਤਮ ਹੋਊਗਾ ਜਾਂ ਤੁਸੀਂ ਜਿੱਤੋਗੇ ਮੈਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਰਿਟਰਨ ਬੈਕ ਕਰੂੰਗੀ ਇਹ ਈਮਾਨਤ ਵਿੱਚ ਖਿਆਨਤ ਹੋਈ ਹੈ ਜੀ ਧੱਕੇ ਨਾਲ ਡਰਾ ਕੇ ਮੇਰੇ ਫਾਦਰ ਨੂੰ ਕਿਹਾ ਗਿਆ ਜੇ ਮੈਨੂੰ ਛੱਡੇਂਗਾ ਤਾਂ ਤੇਰੇ ਤੇ ਉਹ ਕੇਸ ਕਰੂੰਗੀ ਤੂੰ ਜ਼ਿੰਦਗੀ ਚੋਂ ਬਚ ਨਹੀਂ ਸਕਦਾ ਬਲੈਕਮੇਲ ਕਰਾ ਕੇ ਤਾਂ ਔਰਤ ਕੁਝ ਵੀ ਕਰ ਸਕਦੀ ਹੈ ਜੀ ਜੀ ਇਹ ਤਾਂ ਨਹੀਂ ਕਿਤੇ ਤੁਸੀਂ ਉਹਨਾਂ ਦੇ ਪ੍ਰੈਸ਼ਰ ਪਾਉਂਦੇ ਹੋ ਥੋੜੇ ਤੇ ਵੀ ਕੋਈ ਕੇਸ ਹੋ ਸਕਦਾ ਜੇ ਤੁਸੀਂ ਝੂਠੇ ਨਿਕਲੇ ਕਿਤੇ ਝੂਠੇ ਆਪਾਂ ਜੇ ਨਿਕਲਾਂਗੇ ਤਾਂ ਬੇਸ਼ੱਕ ਕੇਸ ਹੋਵੇ ਮੈਂ ਤਾਂ ਸੌਰੀ ਵੀ ਮੰਗੂੰਗੀ ਜੇ ਅਸੀਂ ਝੂਠੇ ਨਿਕਲੇ ਅਸੀਂ ਚਾਹੁੰਦੇ ਅਸੀਂ ਝੂਠੇ ਨਿਕਲੇ ਮੇਰੇ ਜਿਹੜੇ ਮੇਰੇ ਕੋਲ ਪ੍ਰੂਫ ਨੇ ਨਾ ਉਹ ਪ੍ਰੂਫ ਕਰ ਰਹੇ ਨੇ ਕਿਉਂਕਿ ਮੇਰੇ ਫਾਦਰ ਖੁਦ ਉਹਨਾਂ ਤੋਂ ਬਹੁਤ ਦੁਖੀ ਸੀ ਕਈ ਵਾਰ ਤਾਂ ਉਹਨਾਂ ਦੇ ਬੇਟੇ ਨੇ ਮੇਰੇ ਫਾਦਰ ਨਾਲ ਬੜਾ ਮਿਸਬੀਹੇਵ ਕੀਤਾ ਇੱਕ ਦੋ ਵਾਰ ਤਾਂ ਉਹਨਾਂ ਦੇ ਬੇਟੇ ਨੇ ਮੇਰੇ ਫਾਦਰ ਦੀ ਕਾਰ ਦੀ ਹਵਾਈ ਕੱਢਤੀ ਵੀ ਇਹ ਕਿਤੇ ਜਾਣਾ ਨਹੀਂ ਚਾਹੀਦਾ ਬੰਦਾ ਤੇ ਮੇਰੇ ਫਾਦਰ ਨੂੰ ਡੈਥ ਤੋਂ ਪਹਿਲਾਂ ਕਿਸੇ ਨੂੰ ਕਾਲ ਵੀ ਕਰਨ ਨਹੀਂ ਦਿੱਤਾ ਗਿਆ ਤੇ ਮੈਂ ਕਿੱਦਾਂ ਮੰਨ ਲਾਂ ਮੇਰੇ ਫਾਦਰ ਦੀ ਡੈਥ ਇੱਕ ਮਰਡਰ ਹੈ ਪਲਾਨਡ ਮਰਡਰ ਹੈ ਬੜੇ ਸੋਚੀ ਸਮਝੀ ਬੜੀ ਸਿਆਣੀ ਸਾਜ਼ਿਸ਼ ਨਾਲ ਉਹਨਾਂ ਨੂੰ ਮਾਰਿਆ ਗਿਆ ਹੈ ਬਿਲਕੁਲ ਜਿਹੜੇ ਲੋਕਾਇਕ ਕਰਤਾਰ ਨਰਮਨ ਦੀ ਮੌਤ ਦਾ ਮਾਮਲਾ ਜਿਹੜਾ ਉਲਝਦਾ ਜਾ ਰਿਹਾ ਉਹਨਾਂ ਦੀ ਬੇਟੀ ਮੈਂਡੀ ਸੰਧੂ ਮਨਦੀਪ ਕੌਰ ਨੇ ਵੀ ਉਹਨਾਂ ਦੇ ਇਹ ਮੌਤ ਦੇ ਮਾਮਲੇ ਦੇ ਵਿੱਚ ਮੌਤ ਨੂੰ ਜਿਹੜਾ ਹੈਗਾ ਇੱਕ ਕੁਦਰਤੀ ਮੌਤ ਨਹੀਂ ਇੱਕ ਜਿਹੜਾ ਹੈਗਾ ਕਤਲ ਦੱਸਿਆ ਗਿਆ ਇਸ ਮਾਮਲੇ ਦੇ ਵਿੱਚ ਸੀਬੀਆਈ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇ ਤਾਂ ਜੋ ਖਲਾਸਾ ਹੋ ਸਕੇ ਲੋਕਾਇਕ ਜਿਹੜੇ ਲੋਕ ਗਾਇਕ ਕਤਾਰ ਰਮਲਾ ਜੀ ਸੀ ਕਿ ਉਹਨਾਂ ਦੀ ਮੌਤ ਦੇ ਕੀ ਕਾਰਨ ਸਨ ਤੇ ਇਹਨਾਂ ਦੇ ਪਰਿਵਾਰ ਨੂੰ ਉਹਨਾਂ ਦੀਆਂ ਬੇਟੀਆਂ ਨੂੰ ਜਿਹੜਾ ਹੰਸਾਬ ਮਿਲ ਸਕੇ ਲੁਧਿਆਣਾ ਤੋਂ ਕੈਨਰ ਪਰਸਨ ਪ੍ਰਕਾਸ਼ ਦੇ ਨਾਲ ਤਰਸੇਮਪਾਲ ਤੋਂ